ਫਗਵਾੜਾ ਨਜ਼ਦੀਕ ਪਿੰਡ ਦਰਵੇਸ਼ ਪਿੰਡ ਵਿਖੇ ਸਥਿਤ ਇੱਕ ਪੈਟਰੋਲ ਪੰਪ ਤੋਂ ਚੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ। ਪੰਪ ਦੇ ਮਾਲਕ ਅਨੁਸਾਰ ਇਸ ਚੋਰੀ ਨਾਲ ਉਸ ਦਾ ਜਿੱਥੇ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੀ ਉਹਨਾਂ ਇਸ ਸੰਬੰਧੀ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੇਰੇ ਕੋਲ ਸਵੇਰੇ 8:30 ਗੁਰਮੀਤ ਰਾਮ ਬੈਗਿੰਗ ਵਾਲੇ ਦਾ ਫੋਨ ਆਇਆ ਕਿ ਲਾਲਾ ਤੇਰੇ ਪੰਪ 'ਤੇ ਚੋਰੀ ਹੋ ਗਈ ਆ, ਸ਼ਟਰ ਤੋਂ ਖੋਇਆ ਹੋਇਆ ਆ, ਖਿੜਕੀ ਟੁੱਟੀ ਹੋਈ ਹੈਗੀ ਆ। ਮੈਂ ਕਹਿੰਦਾ 15-20 ਮਿੰਟਾਂ 'ਚ ਪਹੁੰਚ ਜਾਂਦਾ, ਮੈਂ 1/2 ਘੰਟੇ 'ਚ ਪਹੁੰਚ ਵੀ ਗਿਆ। ਉਹਨੂੰ ਉੱਥੇ ਬੁਲਾ ਕੇ ਆਇਆ, ਇੱਥੇ ਆ ਕੇ ਉਹਨੇ ਮੈਂ ਦੇਖਿਆ ਆਹ ਖਿੜਕੀ ਜਿਹੜੀ ਹੈਗੀ ਇੱਧਰ ਆਹ ਟੁੱਟੀ ਹੋਈ ਹੈਗੀ ਹੈ, ਇਹਨੂੰ ਅੰਦਰ ਝਾਕੀ ਮਾਰੀ, 10 ਦੀਆਂ 10 ਬੈਟਰੀਆਂ ਇੱਥੇ ਹੈ ਨਹੀਂ ਸੀਗੀਆਂ। ਪਰ ਨਾਲ ਦੇ ਪਾਸੇ ਮੇਰਾ ਸਵਿਚ ਰੂਮ ਹੈਗਾ ਆ, ਉਹਦਾ ਵੀ ਦਰਵਾਜ਼ਾ ਖੁੱਲ੍ਹਾ ਸੀਗਾ, ਅੰਦਰ ਨਿਗਾਹ ਮਾਰੀ, ਮੇਰਾ 10 ਕਿਲੋ ਵਾਟ ਦਾ ਵੋਲਟੇਜ ਸਟੈਬਲਾਈਜ਼ਰ 2 CVT ਹੈ ਨਹੀਂ ਸੀਗੇ। ਮੈਂ ਜਨਰੇਟਰ ਰੂਮ ਵੱਲ ਗਿਆ, ਜਨਰੇਟਰ ਰੂਮ ਤੱਕ ਸ਼ਟਰ ਸਾਰਾ ਚੁੱਕੋਇਆ ਹੋਇਆ ਸੀਗਾ, ਪਰ ਉੱਥੇ ਮੈਨੂੰ ਅੰਦਰ ਜਾ ਕੇ ਨਿਗਾਹ ਮਾਰੀ, ਜਨਰੇਟਰ ਤਾਂ ਹੈਗਾ ਆ ਪਰ ਉਹਦੀ ਚੌਕ ਹੈ ਜਿਹੜੀ ਵੋਲਟੇਜ ਨੂੰ ਕੰਟਰੋਲ ਕਰਦੀ ਹੈਗੀ ਆ, ਉਹ ਹੈ ਨਹੀਂ ਸੀਗੀ। ਫਿਰ ਪੁਲਿਸ ਵਾਲੇ ਆ ਗਏ ਹੈਗੇ, ਉਹਨਾਂ ਦੀ ਹਾਜ਼ਰੀ 'ਚ ਮੈਂ ਆਪਣਾ ਆਹ ਵਾਲਾ ਸਾਰਾ ਦਫ਼ਤਰ ਖੁੱਲ੍ਹਿਆ, ਅੰਦਰ ਨਿਗਾਹ ਮਾਰੀ ਤਾਂ ਆਹ ਦਰਵਾਜ਼ਾ ਜਿਹੜਾ ਹੈਗਾ ਸੀਗਾ ਟੁੱਟਾ ਹੋਇਆ ਹੈਗਾ ਆ, ਅੰਦਰ ਤਾਲਾ ਖੋਲ੍ਹ ਕੇ ਮੈਂ ਅੰਦਰ ਗਿਆ ਹੈਗਾ ਆ, ਤਾਂ ਅੰਦਰ ਨਿਗਾਹ ਮਾਰੀ, ਵੋਲਟੇਜ ਸਟੈਬਿਲਾਈਜ਼ਰ ਉਹ DVR ਹੈ ਜਿਹੜਾ ਉਹ ਅੰਦਰ ਹੈ ਨਹੀਂ ਸੀਗਾ। ਆਸੇ ਪਾਸੇ ਨਿਗਾਹ ਮਾਰੀ, ਮੋਬਾਈਲ ਦੀਆਂ ਮੇਰੀਆਂ 3 ਪੇਟੀਆਂ ਉਹ ਗਾਇਬ ਹੈਗੀਆਂ ਆ, ਫਾਇਰ ਪਰੂਫ ਮੋਟਰ ਹੈਗੀ ਆ, ਕੋਈ ਕੈਸ਼ ਵਗੈਰਾ ਵੀ ਲੈ ਗਏ? ਕੈਸ਼ ਵੈਸੇ ਇੱਧਰੋਂ ਗੱਲੇ ਤੋਂ ਲੈ ਕੇ ਗਏ ਹੈਗੇ ਜੀ, 2500 ਤੋਂ ਲੈ ਕੇ 3000 ਰੁਪਈਆ, 2000 ਤੋਂ ਲੈ ਕੇ 2500 ਰੁਪਈਆ, ਹਾਂਜੀ ਮੋਸਟਲੀ 2500 ਰੁਪਇਆ ਹੋਊਗਾ ਜੀ। ਅਤੇ ਕੈਮਰੇ ਲੱਗੇ ਹੋਏ ਇੱਥੇ? ਕੈਮਰੇ ਸਾਰੇ ਲੱਗੇ ਹੋਏ ਹੈਗੇ ਆ, ਕੋਈ ਮੈਂ ਹੋਸਟਲ 'ਚ ਸੀਗਾ ਪਰ ਜਦੋਂ ਆ ਕੇ ਕਮਰਾ ਖੋਲ੍ਹਿਆ ਅੰਦਰ DVR ਹੈ ਨਹੀਂ ਸੀਗਾ। ਜਿਹੜਾ ਪੰਪ ਹੁਣ ਚੱਲਦਾ ਵਾ ਜਾਂ ਬੰਦ? ਪੰਪ ਚੱਲਦਾ ਹੈਗਾ ਜੀ, ਸਟੋਕ ਹੈਗਾ ਆ, ਹਾਂਜੀ ਸਭ ਕੁਛ ਸਹੀ ਹੈਗਾ ਆ। ਅਤੇ ਕਿੰਨੇ ਕੁ ਵਜੇ ਹੋਇਆ ਕੁਛ ਪਤਾ ਚੱਲਿਆ? ਨਹੀਂ ਇਹਦੇ ਕੁਛ ਨਹੀਂ ਕਹਿ ਸਕਦਾ, ਰਾਤ ਦੇ ਹੋਇਆ। ਸਰ ਕਿਸ ਨਾਂ ਦੇ ਉੱਪਰ ਇਹ ਪੰਪ? ਸ਼੍ਰੀ ਸ਼ਾਮ ਬਾਬਾ ਸਰਵਿਸ ਸਟੇਸ਼ਨ ਦਰਵੇਸ਼ ਪਿੰਡ ਦੀ। ਅਤੇ ਸਰ ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ? ਹਾਂ ਪੁਲਿਸ ਨੂੰ ਕੰਪਲੇਂਟ ਕੀਤੀ ਹੈ। ਪੁਲਿਸ ਆਈ ਸੀ ਮੌਕੇ 'ਤੇ? ਮੌਕੇ 'ਤੇ ਆਈ ਹੋਈ ਹੈਗੀ ਹੈ, ਜਸਪਾਲ ਸਿੰਘ ਜੀ ਆਏ ਹੈਗੇ ਆ ਇੱਥੇ ਥਾਣਾ ਸਤਰਾਮਪੁਰਾ ਤੋਂ, ਉਹ ਆਪਣੀ ਉਹਨਾਂ ਨੇ ਫੋਟੋਆਂ ਵੀ ਲਿੱਤੀਆਂ ਹੈਗੀਆਂ ਆ, ਆਪਣਾ ਘੁੰਮ ਫਿਰ ਕੇ ਚੋ ਕੁਛ ਆਈਡੀਆ ਹੈ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਜਿਹੜਾ ਹੈਗਾ 3 ਲੱਖ ਰੁਪਏ ਤੱਕ ਹੈ। ਸਰ ਮੁਨਸੀ ਨੇ ਨੋਟ ਕਰਾਇਆ ਸੀਗਾ ਵੀ ਸ਼੍ਰੀ ਸ਼ਾਮ ਬਾਬਾ ਸਰਵ ਸਟੇਸ਼ਨ ਦਰਵੇਸ਼ ਪਿੰਡ ਵੀ ਚੋਰੀ ਹੋ ਗਈ ਹੈ, ਉੱਥੇ ਜਾ ਕੇ ਆਓ, ਅਤੇ ਉਸ ਕਰਕੇ ਮੌਕਾ 'ਤੇ ਆਏ ਹਾਂ। ਸਰ ਕਿੰਨਾ ਕੁ ਨੁਕਸਾਨ ਹੋ ਗਿਆ ਲਗਭਗ? ਲਗਭਗ ਜੇ ਦੇਖ ਰਹੇ ਆ ਜਿਹੜੇ ਮੋਟਾ ਮੋਟਾ ਇਹਨਾਂ ਲਿਖਾਇਆ ਹੈਗਾ 10 ਬੈਟਰੀਆਂ ਸੋਲਰ ਦੀਆਂ, 1 10 ਕਿਲੋ ਵਾਟ ਦਾ ਵੋਲਟੇਜ, 2 CVT ਹੁੰਦੇ ਕੋਈ ਵੋਲਟੇਜ ਨੂੰ ਕੰਟਰੋਲ ਕਰਦੇ, 1 DVR, ਜਨਰੇਟਰ ਦੀ ਚੌਕ, 3 ਪੇਟੀਆਂ ਮੰਗਵਾਇਆ ਗਈਆਂ, ਗੱਲੇ 'ਚ 2500 ਰੁਪਈਆ ਵੀ ਲੈ ਗਏ ਆ, ਬਾਕੀ ਦੇਖ ਰਹੇ ਆ। ਕੋਈ CCTV ਕੈਮਰੇ ਜਾਏ ਬੰਦੇ ਇਹਨਾਂ ਦੇ? ਕੈਮਰੇ ਲੱਗੇ ਹੋਏ ਆ? ਕੋਈ CCTV ਕੈਮਰੇ ਲੱਗੇ ਆ ਪਰ DVR ਲੈ ਗਏ ਨਾਲ।